ਚੂਹੇ ਆਪਣੀ ਪਾਰਟੀ ਕਰ ਰਹੇ ਨੇ ਪਰ ਮਾਂ ਤੇ ਬੱਚਾ ਇੱਥੇ ਸੁਰੱਖਿਅਤ ਨਹੀਂ ਨੇ ਵੱਡਾ ਨੁਕਸਾਨ ਹੋ ਸਕਦਾ ਹੈ ਬਿਮਾਰੀਆਂ ਦੇ ਚਪੇਟ ਦੇ ਵਿੱਚ ਮਾਂ ਤੇ ਬੱਚਾ ਆ ਸਕਦੇ ਨੇ ਬੱਚਿਆਂ ਨੂੰ ਜਾਂ ਮਾਂ ਨੂੰ ਅਗਰ ਕੋਈ ਪਰੇਸ਼ਾਨੀ ਆ ਜਾਏ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਕੀ ਨਾ ਸਕਰੀਨ ਤੇ ਦੇਖ ਸਕਦੇ ਹੋ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਤੇ ਦੱਸ ਦਈਏ ਤਸਵੀਰਾਂ ਕਿਤੇ ਹੋਰ ਹਸਪਤਲ ਦੀਆਂ ਨਹੀਂ ਬਲਕਿ ਸਿਵਲ ਹਸਪਤਾਲ ਦੀਆਂ ਨੇ ਬਿਲਕੁਲ ਸਹੀ ਸੁਣ ਰਹੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਦਾਂ ਚੂਹਾ ਪਾਰਟੀ ਚੱਲ ਰਹੀ ਹੈ ਤੇ ਦੂਜੇ ਪਾਸੇ ਜੱਚਾ ਬੱਚਾ ਕੇਂਦਰ ਦੇ ਵਿੱਚ ਮਾਂ ਤੇ ਨਵਜੰਮੇ ਬੱਚੇ ਮੌਜੂਦ ਨੇ ਬਿਲਕੁਲ ਹੀ ਸੁਰੱਖਿਅਤ ਨਹੀਂ ਹੈ ਮਾਹੌਲ ਕਿਉਂਕਿ ਜੱਚਾ ਬੱਚਾ ਦੋਨੋਂ ਹੀ ਸੁਰੱਖਿਅਤ ਨਹੀਂ ਨੇ ਮਾਂ ਤੇ ਬੱਚੇ ਦੋਨੋਂ ਸੁਰੱਖਿਅਤ ਨਹੀਂ ਨੇ ਜੇ ਗੱਲ ਕਰੀਏ ਚੂਹਿਆਂ ਦੀ ਇੱਕ ਪਾਸੇ ਪਾਰਟੀ ਚੱਲ ਰਹੀ ਹੈ ਦੂਜੀ ਪਾਸੇ ਮਾਂ ਤੇ ਬੱਚੇ ਬੈੱਡ ਤੇ ਪਏ ਨੇ ਨਵਜੰ ਬੜਤੇ ਪਏ ਨੇ ਜਿਸ ਤੋਂ ਬਾਅਦ ਜੇ ਇਦਾਂ ਦੀ ਲਾਪਰਵਾਹੀ ਹੀ ਰਹੀ ਤਾਂ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਕਿੱਦਾਂ ਆਪਣਾ ਇਲਾਜ ਕਰਾਉਣਗੇ ਜੇ ਗੱਲ ਕਰੀਏ ਬੱਚੇ ਨੂੰ ਜਾਂ ਮਾਂ ਨੂੰ ਘਰ ਕੋਈ ਪਰੇਸ਼ਾਨੀ ਹੋ ਜਾਂਦੀ ਹੈ ਜਾਂ ਫਿਰ बच्चे ਨੂੰ ਕੋਈ ਚੂਹਾ ਵੱਢ ਲੈਂਦਾ ਜਾਂ ਫਿਰ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਆਖਿਰ ਕੌਣ ਹੋਏਗਾ ਚੂਹਾ ਗੈਂਗ ਤਾਂ ਆਪਣੇ ਮौज-ਮਸਤੀ ਕਰ ਰਹੀ ਹੈ ਪਰ ਜੇ ਗੱਲ ਕਰੀਏ ਦੂਜੇ ਪਾਸੇ ਜੱਚਾ ਬੱਚਾ ਦੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਚੂਹੇ ਆਪਣੀ ਪਾਰਟੀ ਕਰ ਰਹੇ ਨੇ ਪਰ ਮਾਂ ਤੇ ਬੱਚਾ ਇੱਥੇ ਸੁਰੱਖਿਅਤ ਨਹੀਂ ਨੇ ਗਰੇਬ ਇਨਸਾਨ ਹਮੇਸ਼ਾ ਸਿਵਲ ਹਸਪਤਾਲ ਆਪਣੇ ਇਲਾਜ ਦੇ ਲਈ ਜਾਂਦੇ ਨੇ ਪਰ ਜੇਕਰ ਜੱਚਾ ਤੇ ਬੱਚਾ ਹੀ ਸੁਰੱਖਿਅਤ ਨਹੀਂ ਨੇ ਤਾਂ ਸਿਵਲ ਹਸਪਤਾਲ ਤੇ ਵਿੱਚ ਕੌਣ ਜਾਏਗਾ ਸਿਵਲ ਹਸਪਤਾਲ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਦ ਚੂਹਾ ਪਾਰਟੀ ਚੱਲ ਰਹੀ ਹੈ ਤੇ ਦੂਜੇ ਪਾਸੇ ਨਵਜੰਮੇ ਬੱਚੇ ਵੀ ਹੈਗੇ ਨੇ ਨਾਲ ਹੀ ਮਰੀਜ਼ ਵੀ ਨੇ ਜੱਚਾ ਬੱਚਾ ਕੇਂਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮਾਂ ਤੇ ਬੱਚਾ ਦੋਨੋਂ ਹੀ ਸੁਰੱਖਿਅਤ ਨਹੀਂ ਨੇ ਵੱਡਾ ਨੁਕਸਾਨ ਹੋ ਸਕਦਾ ਹੈ ਬਿਮਾਰੀਆਂ ਦੇ ਚਪੇਟ ਦੇ ਵਿੱਚ ਮਾਂ ਤੇ ਬੱਚਾ ਆ ਸਕਦੇ ਨੇ ਬਿਲਕੁਲ ਹੀ ਸੁਰੱਖਿਅਤ ਮਾਹੌਲ ਨਹੀਂ ਹੈ ਜੇ ਕਿਸੇ ਨੇ ਆਪਣਾ ਕੋਈ ਟ੍ਰੀਟਮੈਂਟ ਕਰਾਣਾ ਹੋਵੇ ਪਰ ਜੇ ਇਦਾਂ ਦਾ ਮਾਹੌਲ ਸਿਵਲ ਹਸਪਤਾਲਾਂ ਦੇ ਵਿੱਚ ਹੋਵੇ ਤੇ ਚੂਹੇ ਇੰਨੇ ਜ਼ਿਆਦਾ ਹੋਣ ਤੇ ਬੱਚਿਆਂ ਨੂੰ ਜਾਂ ਮਾਂ ਨੂੰ ਅਗਰ ਕੋਈ ਪਰੇਸ਼ਾਨੀ ਆ ਜਾਏ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਆਖਿਰ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਜੇਕਰ ਬੱਚੇ ਨੂੰ ਜਾਂ ਮਾਂ ਨੂੰ ਕੋਈ ਬਿਮਾਰੀ ਆ ਲੱਗ ਜਾਂਦੀ ਹੈ ਜਾਂ ਫਿਰ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਅਕਸਰ ਹੀ ਅਸੀਂ ਇਹ ਵੀ ਦੇਖਦੀ ਆ ਕਿ ਇਦਾਂ ਦੇ ਹਸਪੀਟਲਸ ਦੇ ਵਿੱਚ ਨਵਜੰਮੇ ਬੱਚੇ ਹੁੰਦੇ ਨੇ ਤੇ ਬਿਲਕੁਲ ਹੀ ਸੁਰੱਖਿਅਤ ਜੱੱਚਾ ਬੱਚਾ ਕੇਂਦਰ ਦੇ ਵਿੱਚ ਬੱਚੇ ਨਹੀਂ ਨੇ ਨਾ ਹੀ ਮਾਂ ਸੁਰੱਖਿਅਤ ਹੈ ਚੂਹੇ ਆਪਣੀ ਪਾਰਟੀ ਦਾ ਆਨੰਦ ਲੈ ਰਹੇ ਨੇ ਤੇ ਦੂਜੇ ਪਾਸੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਨਵਜੰਮੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਅਸੀਂ ਘਰ ਦੇ ਵਿੱਚ ਕਿੱਦਾਂ ਸੇਫਟੀ ਦੇ ਨਾਲ ਰਹਿੰਦੇ ਹਾਂ ਘਰ ਦੇ ਵਿੱਚ ਚੂਹੇ ਹੋਣ ਦਾ ਸੀ ਉਹਨਾਂ ਨੂੰ ਭਜਾਉਣ ਤੇ ਲੱਗੇ ਰਹਿੰਦੇ ਆ ਪਰ ਕੀ ਸਿਵਲ ਹਸਪਤਾਲਾਂ ਦਾ ਇੰਨਾ ਮਾੜਾ ਹਾਲ ਹੋਣਾ ਚਾਹੀਦਾ ਚੱਚਾ ਬੱਚਾ ਜਾਂਚ ਕੇਂਦਰ ਦੇ ਵਿੱਚ ਜੇਕਰ ਇੰਨਾ ਮਾੜਾ ਹਾਲ ਹੋਏਗਾ ਤਾਂ ਲੋਕ ਕਿੱਦਾਂ ਇੱਥੇ ਆ ਕੇ ਡਿਲੀਵਰੀ ਕਰਾਪਾਉਣਗੇ ਮਹਿਲਾਵਾਂ ਕਿੱਦਾਂ ਆਪਣਾ ਨਵਜੰਮੇ ਬੱਚੇ ਨੂੰ ਇੱਥੇ ਰੱਖ ਸਕਣਗੀਆਂ ਤੁਹਾਡੀ ਕੀ ਰਾਏ ਹੈ ਇਸ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਓ ਤੇ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਚੂਹੇ ਆਪਣੀ ਪਾਰਟੀ ਕਰ ਰਹੇ ਨੇ ਪਰ ਮਾਂ ਤੇ ਬੱਚਾ ਇੱਥੇ ਸੁਰੱਖਿਅਤ ਨਹੀਂ ਨੇ ਵੱਡਾ ਨੁਕਸਾਨ ਹੋ ਸਕਦਾ ਹੈ ਬਿਮਾਰੀਆਂ ਦੇ ਚਪੇਟ ਦੇ ਵਿੱਚ ਮਾਂ ਤੇ ਬੱਚਾ ਆ ਸਕਦੇ ਨੇ ਬੱਚਿਆਂ ਨੂੰ ਜਾਂ ਮਾਂ ਨੂੰ ਅਗਰ ਕੋਈ ਪਰੇਸ਼ਾਨੀ ਆ ਜਾਏ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ